ਸੋ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਕਈ ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਦੀ ਫਸਲ ਬਰਬਾਦ ਹੋਈ ਹੈ। ਸ੍ਰੀ ਅਨੰਦਪੁਰ ਸਾਹਿਬ ਤੇ ਰੋਪੜ ਦੀ ਗੱਲ ਕਰੀਏ ਤਾਂ ਇੱਥੇ ਵੀ ਫਸਲਾਂ ਦੀ ਬਰਬਾਦੀ ਕਿਸਾਨਾਂ ਨੂੰ ਝੱਲਣੀ ਪਈ। ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ, ਘਰਾਂ ਦੇ ਵਿੱਚ ਪਾਣੀ ਚਲਾ ਗਿਆ, ਆਮ ਲੋਕ ਪ੍ਰਭਾਵਿਤ ਹੋ ਰਹੇ ਨੇ। ਇਹ ਤਸਵੀਰਾਂ ਰੋਪੜ ਦੀਆਂ ਤੁਸੀਂ ਦੇਖ ਪਾ ਰਹੇ ਹੋ, ਕਿਸ ਤਰ੍ਹਾਂ ਲੱਖੋ ਲੱਖ ਪਾਣੀ ਭਰਿਆ ਹੋਇਆ। ਹਾਲਾਂਕਿ ਹਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਫਿਰ ਇਹਨਾਂ ਇਲਾਕਿਆਂ ਦੇ ਵਿੱਚ ਕੀ ਹਾਲ ਹੋਏਗਾ ਇਸ ਦਾ ਅੰਦਾਜ਼ਾ ਤੁਸੀਂ ਤੇ ਅਸੀਂ ਇਹ ਤਸਵੀਰਾਂ ਤੋਂ ਹੀ ਲਗਾ ਸਕਦੇ ਹਾਂ, ਜਿੱਥੇ ਹੁਣੇ ਤੋਂ ਹੀ ਲੱਖੋ ਲੱਖ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ। ਇਹ ਤਸਵੀਰਾਂ ਸਤਲੁਜ ਦਰਿਆ ਦੇ ਉਫਾਨ ਦੀਆਂ ਅਤੇ ਨਾਲ ਹੀ ਇਹ ਲੱਕੜ ਦਾ ਪੁੱਲ, ਜਿਸ ਨੂੰ ਪਾਰ ਕਰਕੇ ਕੋਈ ਵੀ ਅਜਿਹੇ ਹਾਲਾਤਾਂ ਦੇ ਵਿੱਚ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣਾ ਨਹੀਂ ਚਾਹੁੰਦਾ। ਇਹ ਤਸਵੀਰਾਂ ਉਸ ਮੰਦਰ ਦੀਆਂ ਰੋਪੜ ਦੇ, ਜੋ ਕਿ ਪਾਣੀ ਦੇ ਵਿੱਚ ਘਿਰਿਆ ਹੋਇਆ, ਆਲੇ ਦੁਆਲਿਓ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ। ਰੋਪੜ ਅਤੇ ਅਨੰਦਪੁਰ ਸਾਹਿਬ ਦੇ ਪਿੰਡਾਂ ਦੀ ਗੱਲ ਕਰ ਰਹੇ ਹਾਂ, ਜਿੱਥੇ ਲਗਾਤਾਰ ਪਾਣੀ ਪਿੰਡਾਂ ਦੇ ਵਿੱਚ ਵੜਦਾ ਜਾ ਰਿਹਾ। ਲੋਕ ਪਰੇਸ਼ਾਨ ਹੋ ਰਹੇ ਨੇ, ਖੇਤਾਂ ਦੇ ਖੇਤ ਤਬਾਹ ਹੋਏ ਨੇ।